ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। 2020 ਨੂੰ ਜਾਣ ਲਈ ਕੁਛ ਘੰਟੇ ਬਾਕੀ ਨੇ, 3 ਘੰਟੇ ਬਾਕੀ ਨੇ ਤੇ 2021 ਆਉਣ ਵਾਲਾ ਹੈ। ਸਾਡੇ ਸਾਰੇ ਪਰਿਵਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਅੱਗੇ 10 ਪਾਤਸ਼ਾਹਾਂ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਹੈ, ਬੇਨਤੀ ਹੈ ਕਿ ਇਹ ਨਵਾਂ ਸਾਲ 2021 ਸਾਰੀ ਦੁਨੀਆ ਤੇ ਖੁਸ਼ੀਆਂ ਲੈ ਕੇ ਆਵੇ, ਤੰਦਰੁਸਤੀਆਂ ਲੈ ਕੇ ਆਵੇ, ਸਿਹਤਾਂ ਲੈ ਕੇ ਆਵੇ। ਕਰੋਨੇ ਦੀ ਜੋ ਮਹਾਂਵਾਰੀ ਚੱਲ ਰਹੀ ਹੈ ਇਹ ਦੁਨੀਆ ਤੋਂ ਚਲੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2020 ਜਾਣ ਲੱਗਾ ਤੇ 2021 ਆਉਣ ਲੱਗਾ। ਮੈਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਕਿ ਸਾਰੇ ਲੋਕ ਮੇਰੇ ਪੰਜਾਬ ਅਤੇ ਪੰਜਾਬੀਅਤ ਦੇ ਭਾਈਚਾਰੇ ਨੂੰ ਖੁਸ਼ੀਆਂ ਭਰਿਆ 2021 ਆਵੇ ਅਤੇ ਜੋ ਸੰਘਰਸ਼ ਦਿੱਲੀ ਵਿੱਚ ਚੱਲ ਰਿਹਾ ਕਿਸਾਨ ਅੰਦੋਲਨ, ਉਹ ਸਾਰੇ ਜਿੱਤ ਕੇ ਆਪੋ ਆਪਣੇ ਘਰਾਂ ਨੂੰ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ ਸਾਰਿਆਂ ਨੂੰ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਸਭ ਜਾਣਦੇ ਹਾਂ ਜੋ 2020 ਦਾ ਸਮਾਂ ਗੁਜ਼ਰਿਆ ਉਹ ਆਪਣੇ ਸਾਰਿਆਂ ਲਈ ਬਹੁਤ ਹੀ ਦੁਖਦਾਈ ਅਤੇ ਮੁਸ਼ਕਲ ਵਾਲਾ। ਹੁਣ 2021 ਜੋ ਅੱਜ ਚੜ੍ਹਿਆ, ਸੋ ਇਹਦੇ 'ਚ ਅਰਦਾਸ ਕਰਦੇ ਹਾਂ ਕਿ ਇਹ ਸਮਾਂ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਅਤੇ ਸੁੱਖ ਦੇਣ ਵਾਲਾ ਹੋਵੇ। ਸੋ ਜੋ ਮੇਰੇ ਭੈਣਾਂ, ਵੀਰ, ਬਜ਼ੁਰਗ, ਮਾਤਾਵਾਂ ਜੋ ਦਿੱਲੀ ਦੀਆਂ ਸੜਕਾਂ 'ਤੇ ਠੰਡੇ ਥਾਂ 'ਤੇ ਇਸ ਮੁਸ਼ਕਲਾਂ ਦੇ ਵਿੱਚ ਗੁਜ਼ਰ ਰਹੇ ਹੈ, ਜੰਗ ਲੜ ਰਹੇ ਹੈ, ਉਹਨਾਂ ਲਈ ਅਰਦਾਸ ਕਰਦੇ ਹਾਂ ਕਿ ਉਹ ਇਹ ਜੰਗ ਜਿੱਤ ਕੇ ਅਤੇ ਖੁਸ਼ੀ ਖੁਸ਼ੀ ਇਹ ਨਵੇਂ ਸਾਲ ਨੂੰ ਮਨਾਉਣ ਅਤੇ ਆਪਾਂ ਸਾਰੇ ਖੁਸ਼ੀ ਖੁਸ਼ੀ ਇਹ 2021 ਦੀਆਂ ਖੁਸ਼ੀਆਂ ਮਨਾਈਏ ਅਤੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਰੱਖੇ ਅਤੇ ਇਹ ਅਰਦਾਸ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। Happy New Year, Happy New Year, Happy New Year. Jasmine opening apple cider vinegar bottle. Happy New Year, guys. Happy New Year. Happy 2021.